मेनू इस तफ्तीश वास्ते चार दिन मिले ने। ठीक है जी, पहली गल ये नहीं सोचना बंदा पुलिस को, बंदा मेरे को कमरा पुलिस का, बंदा साडे को। असी जिन्ना चर इस चीज की पूरी तफ्तीश नहीं कर लेंगे उन्ना चर असी थोनू कुछ दस नहीं सकते, क्योंकि गुप्त आ वो सारा कुछ। जिन्ना चर केस हैंडल नहीं हुंदा सारा असी थोनू नहीं, बाद च थोनू कल्ली कल्ली चीज दसांगे। हुण साडे कोले सत्त अठ सवाल जिहड़े असी काम करांगे उहदे ते। पहली गल, थोनू बंदे की कोई डिटेल नहीं देनी, क्योंकि उदू सारा कुछ पता लगे जिहड़े बंदे उहदे नाल सी जिथों तुरिया सीगा, सारा कुछ लोकां तक ना पहुंचे वह बंदे अलर्ट हो जाणगे। छे सत्त जिहड़े सवाल वो थोनू दस दिना मेन मेन। पहली गल, वह बंदे की बैंक डिटेल, वो सहुरिया की बैंक डिटेल भी फंड आया कितों, ये काम करने वो को नवी क्रिस्टा गड्डी आई कितों, नोवा 18 मॉडल। वह बंदे का नानके ते सहुरे परिवार टारगेट किए गए, इतों बेअदबी तो लैके इतों। किसी को यह नहीं कहना भी सानू सीसीटीवी कैमरे दिखाओ, कुछ नहीं कराओ, वो साडे हाथ च, असी थोनू देवे सारा कुछ। इतों लैके कितों चलिया सी, कित्थे जाके खड़िया, सैकटा कितों लईआं, कित्थे सैकट क्यों सीटी, किन्ने जने सी, सारी इतों लैके तिना घंटिया की सीसीटीवी रिकॉर्डिंग वो साडे कोल हैगी। सीधी गल थोनू दस, फिर इहदा मामा पिछे आया वो चक्कर, दो बंदे होर घर वाली रिश्तेदार सारे, ठीक है जी। पर मेरी बेनती रिक्वेस्ट यही आ भी असी एक तो चार दिन अज दे सने तीन दिन होर रिमांड मिलिया, वो रिमांड मिलिया पुलिस नूं लै असी रहे हां, साडे ते इन्ना क यकीन रखियो। जे तुसीं इह यकीन नहीं रखना फिर असी तुहानूं कहिंदे तुसीं जो मर्जी कर लो, कुछ नहीं होना बई जी। ठीक है, असी अफसरां दा भी धन्नवाद करदे, उन्हां ने कहता भी जो मर्जी करो, साडे कोले बंदा। ਇਹ ਜਿਹੜੀਆਂ ਸੀਸੀਟੀਵੀ ਰਿਕਾਰਡਿੰਗ ਆ ਇੱਥੋਂ ਲੈ ਕੇ ਸਿਰੇ ਤੱਕ ਦੀ ਸਾਰੀ ਬੈਂਕ ਡਿਟੇਲ, ਕਿੰਨਾ ਪੈਸਾ ਹੁਣ ਤੱਕ ਆਇਆ, ਕਿੱਥੋਂ ਆਇਆ, ਉਹ ਸਾਰੀ ਰਿਸ਼ਤੇਦਾਰ ਜਿਹੜੇ ਜਿਹੜੇ ਬੰਦੇ ਨੂੰ ਦੋ ਦਿਨਾਂ ਦਿਨਾਂ ਚ ਮਿਲਿਆ ਉਹ ਸਾਰੇ ਹੁਣ ਤੋਂ ਹੀ ਅੱਧਾ ਘੰਟਾ ਪਹਿਲਾਂ ਤੋਂ ਗੱਡੀਆਂ ਭੇਜ ਦਿੱਤੀਆਂ, ਕੱਲ ਨੂੰ 4:30 ਵਜੇ ਤੱਕ ਰਿਕਵਰ ਕਰ ਲੈਣਾ ਸੀ, 5 ਵਜੇ ਸਾਡੀ ਫਿਰ ਉਹਦੇ ਨਾਲ ਮੀਟਿੰਗ, ਅਸੀਂ ਉਹਦੇ ਨਾਲ ਜੋ ਸਵਾਲ ਜਵਾਬ ਕਰਦੇ ਹਾਂ ਜਾਂ ਟੋਰਚਰ ਕਰਦੇ ਹਾਂ ਉਹ ਸਾਡੇ, ਅਸੀਂ ਨਹੀਂ ਜ਼ਾਹਰ ਕਰ ਸਕਦੇ। ਪਰ ਬੰਦਾ ਕੌਣ ਆ, ਕਿਹਨੇ ਭੇਜਿਆ, ਜੇ ਅਸੀਂ ਤੁਹਾਨੂੰ ਨਾਂ ਲੈ ਦਈਏ ਤੇ ਸਾਡੇ ਹਿਰਦੇ ਵੀ ਉਧਰੇ। ਠੀਕ ਹੈ, ਇਹ ਉਹ ਬੰਦਿਆਂ ਦਾ ਪਹਿਲਾ ਕੰਮ ਹੁੰਦਾ, ਇਸ਼ਾਰਾ ਸਮਝੋ ਬਰਗਾੜੀ ਵਾਲਾ ਕੰਮ ਤੋਂ ਸ਼ੁਰੂ ਹੁੰਦਾ। ਪਰ ਅਸੀਂ ਨਹੀਂ ਜ਼ਾਹਰ ਕਰ ਸਕਦੇ ਕੁਛ ਵੀ। ਸੰਗਤ ਨੂੰ ਬੇਨਤੀ ਆ, ਬਾਹਰਲੀਆਂ ਨੂੰ, ਪੰਜਾਬ ਦੀਆਂ ਨੂੰ, ਸਿੱਖਾਂ ਨੂੰ, ਮੈਨੂੰ 4 ਦਿਨ ਚਾਹੀਦੇ ਆ, ਉਹ ਬੰਦਾ ਮੇਰੇ ਕੋਲ ਆ ਤੇ ਅਸੀਂ ਮਹਾਰਾਜ ਨੂੰ ਜਾਨ ਦੇਣੀ ਆ। ਇੱਧਰ ਹੱਥ ਕਰਕੇ ਕਹਿੰਦਾ, ਟਸ ਤੋਂ ਮਸ ਨਹੀਂ ਹੁੰਦੀ ਕੋਈ ਵੀ ਗੱਲ, ਜੋ ਹੋਈ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ। ਜਦੋਂ ਬੰਦਾ ਜੇਲ੍ਹ ਉੱਠ ਗਿਆ ਉਸ ਤੋਂ ਬਾਅਦ ਤੁਹਾਨੂੰ ਸਾਰਾ ਰਿਕਾਰਡ ਦੇ ਦਾਂਗੇ। ਮੇਰੇ ਕੋਲ ਪਰਚੀ ਆ, ਮੇਰੇ ਕੋਲ ਮੈਨੂੰ ਫੋਨ ਨਹੀਂ, ਮੈਂ ਇੱਥੋਂ ਫੋਨ ਨਹੀਂ ਰੱਖਦਾ, ਮੇਰੇ ਕੋਲ ਕੋਈ ਫੋਨ ਨਹੀਂ। ਮੈਂ ਉੱਥੋਂ ਅਫਸਰਾਂ ਤੋਂ ਪੇਪਰ ਲਿਆ, ਪੈਨ ਲਿਆ, ਮੈਂ ਰਿਮਾਂਡ ਕੱਟੇ ਹੋਏ ਆ ਪੁਲਿਸ ਨੂੰ, ਮੈਂ ਪੁਲਿਸ ਨੇ ਮੇਰੇ ਰਿਮਾਂਡ ਲਏ ਹੋਏ ਆ। ਮੈਨੂੰ ਪਤਾ ਕਿਵੇਂ ਇੰਟੈਰੋਗੇਟ, ਕਿਵੇਂ ਪੁੱਛਗਿੱਛ ਹੁੰਦੀ ਆ, ਸਾਰੀ ਕੀਤੀ ਪਈ ਜੰਮਣ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਰਿਕਾਰਡ ਮੇਰੇ ਕੋਲ ਉਹਦਾ, ਬੰਦੇ ਦਾ, ਉਹਦੇ ਨਾਨਕੇ, ਉਹਦੇ ਦਾਦਕੇ, ਚਾਚੇ ਤਾਏ, ਉਹਦੇ ਭਰਾ ਕਿੱਥੇ ਆ, ਉਹਦਾ ਮਾਂ ਪਿਓ ਕਿੱਥੇ ਆ। ਦੂਜੀ ਗੱਲ, ਕਰੋੜਾਪਤੀ ਬੰਦਾ, ਪੈਸੇ ਦੀ ਕੋਈ ਕਮੀ ਨਹੀਂ ਹੈ। ਇਸ ਕਰਕੇ ਸੰਗਤ ਨੂੰ ਕਹਿੰਦੇ, ਜੋ ਹੋਇਆ ਬਹੁਤ ਮਾੜਾ ਹੋਇਆ, ਇੱਕ ਕੰਮ ਮਾੜਾ ਹੋ ਹੀ ਨਹੀਂ ਸਕਦਾ, ਪਰ ਅਸੀਂ ਰਿਕੁਐਸਟ ਕਰਦੇ ਹਾਂ ਵੀ ਅਸੀਂ ਕੋਈ ਗੱਲ ਜੱਗ ਜ਼ਾਹਰ ਨਹੀਂ। 4 ਦਿਨਾਂ ਦਾ ਸਮਾਂ ਦਿਓ, ਅਸੀਂ ਤੁਹਾਨੂੰ ਵਿਸ਼ਵਾਸ ਰੱਖਿਓ, ਜੇ ਵਿਸ਼ਵਾਸ ਨਹੀਂ ਕਰੋਗੇ ਫਿਰ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੋ ਸਕਦਾ, ਫਿਰ ਕਰੋਗੇ ਕਿਹਦੇ ਤੇ। ਜੇ ਤੁਸੀਂ ਸਾਨੂੰ ਭੇਜਿਆ ਵਿਸ਼ਵਾਸ ਕਰਿਓ ਤੇ 4 ਦਿਨਾਂ ਨੂੰ, 4 ਦਿਨਾਂ ਦੇ ਵਿੱਚ ਤੁਹਾਨੂੰ ਆਹ ਟਾਈਮ ਮੈਨੂੰ ਦੇ ਦਿਓ ਵੀ ਇੱਥੇ ਇੰਨੇ ਵਜੇ ਤੈਨੂੰ ਅਸੀਂ ਤੋਰਿਆ ਸੀ ਭਾਈ, 4 ਦਿਨਾਂ ਦਾ ਹਿਸਾਬ ਦੇ, ਇੱਕ ਇੱਕ ਮਿੰਟ ਦਾ ਤੁਹਾਨੂੰ ਜਵਾਬ ਦੇ ਦਾਂਗੇ ਭਾਈ ਜੀ। ਠੀਕ ਆ, ਤੁਹਾਨੂੰ ਜਿੰਨੇ ਫੋਨ ਉਹਨੇ ਲਾਏ ਸਾਰੇ ਨੰਬਰ ਦੇ ਦਾਂਗੇ, ਉਹਦੇ ਸਾਰੇ ਰਿਸ਼ਤੇਦਾਰਾਂ ਦੇ ਨੰਬਰ ਵੀ ਆ, ਉਹਦੀ ਭੈਣ ਭਰਾ ਕਿੱਥੇ ਗਿਆ, ਉਹਨਾਂ ਦੇ ਕਿੰਨੇ ਜਵਾਕ ਆ, ਮਾਂ ਪਿਓ ਕਿੱਥੇ ਆ, ਉਹਨਾਂ ਦੀ ਕਿੰਨੀ ਉਹ ਕਮਾਈ ਆ, ਇਹਦਾ ਭਰਾ ਕੀ ਕੰਮ ਕਰਦਾ, ਇਹ ਕੀ ਕਰਦੇ, ਇਹਦੇ ਕੋਲ ਕਿਹੜਾ ਕਿਹੜਾ ਸਾਧਨ ਆ, ਕਿੱਥੋਂ ਲਿਆ, ਕਿਹਨੂੰ ਵੇਚਿਆ, ਸਾਰਾ ਕੁਛ ਮੇਰੇ ਕੋਲ ਡਿਟੇਲ ਆ। ਮੇਰੇ ਕੋਲ ਹੁਣ ਡਿਟੇਲ ਇਹਦੀ ਬੈਂਕ ਡਿਟੇਲ ਹੈ ਨੀ, ਇਹਨੂੰ ਵੈਸਟਰਨ ਯੂਨੀਅਨ ਚ ਕਿੰਨੇ ਪੈਸੇ ਆਏ ਉਹ ਹੈ ਨੀ,
ਇੱਥੋਂ ਲੈ ਕੇ ਘਰ ਤੱਕ ਦੀ ਸੀਸੀਟੀਵੀ ਕੈਮਰਾ ਰਿਕਾਰਡਿੰਗ ਹੈ ਨਹੀਂ। ਦੋ ਬੰਦਿਆਂ ਨੂੰ ਮਿਲਿਆ ਇਹ, ਉਹ ਬੰਦੇ ਨਹੀਂ ਹਜੇ ਮੈਨੂੰ ਪਤਾ, ਬੰਦਿਆਂ ਦੇ ਨਾਂ ਪਤਾ, ਉਹ ਚੱਕਣੇ ਆ, ਭੇਜੀ ਹੋਈ ਹੈ ਪੁਲਿਸ। ਕੱਲ ਨੂੰ 5 ਵਜੇ ਸਾਡੀ ਦੁਬਾਰਾ ਉੱਥੇ ਬੈਠਕ ਆ ਤੇ ਸਾਰਾ ਕੁਛ ਹੀ ਉੱਥੇ ਆ ਜਾਏ। ਕੱਲ ਸ਼ਾਮ ਨੂੰ 5 ਵਜੇ ਜੀ? ਕੱਲ ਸ਼ਾਮ ਨੂੰ 5 ਵਜੇ ਤੇ 4 ਦਿਨਾਂ ਬਾਅਦ ਅਸੀਂ ਰਿਜ਼ਲਟ ਦੇਣਾ ਜੀ। ਕੱਲ ਨੂੰ ਨਾ ਪੁੱਛਿਓ, ਪਰਸੋਂ ਨਾ ਪੁੱਛਿਓ, ਇਹ ਵੀ ਹੋ ਸਕਦਾ 4 ਦਿਨਾਂ ਬਾਅਦ ਸਾਨੂੰ 1-2 ਦਿਨ ਰਿਮਾਂਡ ਵਧਾਉਣਾ ਪੈ ਜੇ, ਫੇਰ ਕਰੀਏ ਗੱਲ। ਅਪਡੇਟ ਅਸੀਂ ਨਹੀਂ ਛੇਤੀ ਦੇਣੇ, ਕੋਈ ਧਰਨਾ ਨੀ ਬਾਈ ਜੀ, ਆਪਾਂ ਧਰਨੇ ਲਾਉਣ ਵਾਲੇ ਤਾਂ ਹੈ ਹੀ। ਬਿਲਕੁਲ ਬਿਲਕੁਲ, ਇੰਨਾ ਕੁ ਮਹਾਰਾਜ ਦਾ ਸ਼ੁਕਰ ਮਨਾਓ ਜੀ। ਹਾਂਜੀ, ਜਿਹੜੇ ਬੰਦੇ ਉੱਥੇ ਖੜੇ ਸੀ, ਜਿਹੜੇ SGPC ਚ ਸੈਲਰੀ ਲੈ ਰਹੇ ਨੇ, ਉਹਨਾਂ ਦਾ ਫਰਜ਼ ਨਹੀਂ ਸੀ ਉਹ ਬੰਦੇ ਦਾ ਮਤਲਬ ਐਕਸ਼ਨ ਲੈਣ ਦਾ? ਮੈਂ ਤੁਹਾਨੂੰ ਦੱਸਦਾ, ਉਹਨੇ ਸਵਾਲ ਕੀਤਾ, ਮੈਂ ਜਵਾਬ ਦੇ ਦਿਆਂ। ਜਦੋਂ ਸੀਸੀਟੀਵੀ ਕੈਮਰਾ ਰਿਕਾਰਡਿੰਗ ਕਢਾਵਾਂਗੇ, ਜਿਹੜਾ ਬੰਦਾ ਨਾਲ ਰਲਿਆ ਉਹ ਪਤਾ ਲੱਗ ਗਿਆ। ਦੂਜੀ ਗੱਲ, ਉਹਦਾ ਫੋਨ ਸਾਨੂੰ ਟੁੱਟਿਆ ਮਿਲਿਆ, ਆਈਫੋਨ। ਉਹਨੂੰ ਪੁੱਛਿਆ ਵੀ ਇਹ ਕਦੋਂ ਟੁੱਟਿਆ, ਉਹ ਕਹਿੰਦਾ ਮੇਰਾ ਉੱਥੇ ਫੜ ਕੇ ਤੋੜਿਆ ਗਿਆ। ਅਸੀਂ ਗੱਲ ਕਲੀਅਰ ਕਰ ਦਈਏ, ਜੇ ਤਾਂ ਉਹਨੇ ਤੋੜਿਆ ਉਹ ਤਾਂ ਸਜ਼ਾ ਮਿਲ ਰਹੀ ਆ, ਜੇ SGPC ਕਿਸੇ ਮੈਂਬਰ ਨੇ ਤੋੜਿਆ ਹੋਇਆ ਅਸੀਂ ਉਹਨੂੰ ਖਿੱਚਾਂਗੇ। ਬਿਲਕੁਲ 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 ਬਾਈ ਜੀ, ਕਿਉਂ ਤੋੜਿਆ ਉਹ ਬੰਦੇ ਨੇ ਫੋਨ? ਪਰ ਮਹਾਰਾਜ ਦਾ ਸ਼ੁਕਰ ਕਰੋ, ਮਹਾਰਾਜ ਦਾ ਸ਼ੁਕਰ ਕਰੋ, ਫੋਨ ਥੋੜਾ ਜਿਹਾ ਚੱਲਦਾ ਸੀ, ਥੋੜਾ ਜਿਹਾ, ਤੇ ਮੈਂ ਉਹਦੇ ਵਿੱਚੋਂ ਹੀ ਚਲਾ ਚਲਾ ਕੇ ਡਿਟੇਲ ਕੱਢ ਲਈ। ਸੰਗਤ ਨੇ ਇਹਨਾਂ ਨੂੰ ਥਾਪੇ, ਇਹਨਾਂ ਨੂੰ ਪੂਰੇ ਕੀਤਾ, ਸਾਰੀ ਸੰਗਤ ਇਹਨਾਂ ਦਾ ਬਹੁਤ ਸਤਿਕਾਰ ਹੈ। ਵੈਸੇ ਇੱਕ ਮੇਰੇ ਮਨ ਸਾਹਿਬ, ਇੱਕ ਜੀ ਗੱਲ ਹੋਰ, ਜਿਹੜਾ ਸਾਨੂੰ ਮਹਾਰਾਜ ਨੇ ਸ਼ਾਸਤਰ ਦਿੱਤੇ ਆ, ਸਾਨੂੰ ਬਖਸ਼ੇ ਨੇ, ਉਹ ਅੰਦਰ ਲੈ ਕੇ ਖੜੇ ਨੇ, ਉਹ ਗੋਲਕ ਚ ਪੈਸੇ ਸੈੱਟ ਕਰਨ ਨੂੰ ਰੱਖੇ ਪਾਤੇ ਨੇ? ਇਹ ਗੱਲ ਪੁੱਛ ਲਈ ਸੀ ਮੈਂ ਤੈਨੂੰ ਪੁੱਛਦਾ, ਤੈਨੂੰ ਪੁੱਛਦਾ, ਤੂੰ ਸਿੱਖ ਆ? ਹਾਂਜੀ। ਦਾੜੀ ਕਿੱਥੇ ਆ ਤੇਰੀ? ਮੈਂ ਬਾਬਾ ਜੀ ਕੱਟੀ ਹੋਈ ਆ, ਮੈਂ ਤਾਂ ਮੇਰੀ ਜ਼ਮੀਰ ਚੱਲ ਗਈ ਜੀ, ਮੈਂ ਰੱਖੂਗਾ ਬਾਈ ਜੀ। ਨਹੀਂ ਨਹੀਂ, ਜਿੰਨਾ ਚਿਰ ਜੜਾਂ ਹਰੀਆਂ ਨਹੀਂ ਉਹਨਾਂ ਚਿਰ ਦਰਖਤ ਬਾਬਾ ਜੀ ਅੰਦਰ ਤਾੜੀ ਵਾਲੇ ਜੀ ਨੂੰ ਕਿਆ ਕਰ ਲਿਆ ਜੀ, ਅੰਦਰ ਦਾੜੀਆਂ ਵਾਲੇ ਸੀ ਜੀ, ਉਹਨਾਂ ਨਾਲ ਤਾਂ ਖਰੇ ਆ ਜੀ। ਇਹ ਸਵਾਲ ਬਣਦਾ ਨਹੀਂ ਆਪਾਂ, ਬਣਦਾ ਹੈ ਬਾਬਾ ਜੀ, ਤੁਹਾਡੀ ਇੱਜ਼ਤ ਕਰਦੇ ਆਪਾਂ, ਬਣਦਾ ਮੈਂ ਬਣਦਾ ਜੀ, ਇਹ ਜਾ ਕੇ ਸਵਾਲ ਮੈਂ ਕਰਾਂ, ਮੈਂ ਤੁਹਾਨੂੰ ਇਹ ਕਿਹਾ ਬਾਬਾ ਜੀ, ਉਹਨੂੰ ਇਹ ਕਿਹਾ ਉਹਨਾਂ ਨੂੰ, ਤੁਸੀਂ ਪੁੱਛੋ। ਮੈਂ ਤੈਨੂੰ ਵੀ ਪੁੱਛਦਾ, ਤੂੰ ਸਾਡਾ ਭਰਾ, ਬਿਲਕੁਲ ਸਾਨੂੰ ਆਹ ਚੀਜ਼ ਚਾਹੀਦੀ ਸਿੱਖਾਂ ਚ, ਸਾਨੂੰ ਨੌਜਵਾਨ ਕਰਕੇ ਜਾ ਵੀ ਤੂੰ ਅੱਜ ਤੋਂ ਸਿੱਖ ਸੱਜਾਂਗਾ, ਉਹਨਾਂ ਨੂੰ ਤਨਖਾਹ ਦੇ ਕੇ ਰੱਖਣਾ ਪੈਂਦਾ। ਤੇਰਾ ਏਰੀਆ ਕਿਹੜਾ ਬਾਈ? ਮੇਰਾ ਹੀ ਏਰੀਆ ਜੀ। ਤੇ ਤੇਰੇ ਏਰੀਆ ਚ ਏਡਾ ਵੱਡਾ ਕੰਮ ਹੋ ਗਿਆ, ਤੂੰ ਕਿੱਥੇ ਸੀ? ਬਾਬਾ ਜੀ ਸਾਨੂੰ ਜੇ ਪਤਾ ਲੱਗੂਗਾ ਤਾਂ ਹੀ ਆਵਾਂਗੇ ਜੀ। ਬਾਈ ਜੀ ਉਹਨਾਂ ਨੂੰ ਕਿਹੜਾ ਪਤਾ ਲੱਗਾ ਬਾਬਾ ਜੀ ਸੁਖੀਰ ਦਾ? ਬਾਈ ਜੀ ਉਹਨਾਂ ਨੂੰ 5 ਵਜੇ ਫ੍ਰੀ ਹੋਏ, ਸਾਨੂੰ 6:30 ਵਜੇ ਪਤਾ ਲੱਗੇ, ਆਪਾਂ ਫੇਰ ਗੱਲਾਂ ਕਰਾਂਗੇ। ਅਗਲਾ ਸਟੈਪ ਦੱਸਦਾ, ਅੱਜ ਅਸੀਂ ਸਾਰੀ ਪੁੱਛ ਗਿੱਛ ਕਰੇ। ਸਾਡੇ ਲਈ ਕੀ ਆਦੇਸ਼ ਹੈ? ਤੁਹਾਡੇ ਲਈ ਕੋਈ ਆਦੇਸ਼ ਨਹੀਂ ਹੈਗਾ ਸੰਗਤ, ਇੱਕ ਗੱਲ ਨੋਟ ਕਰਿਓ, ਜਿਹੜਾ 5ਵਾਂ ਦਿਨ ਸਾਡੇ ਲਈ ਆਉਣਾ ਉਦੋਂ ਅਸੀਂ ਤੁਹਾਨੂੰ ਸਾਰਾ ਕੁਛ ਸ਼ੀਸ਼ੇ ਕਰ ਦਿਆਂਗੇ। ਆਹ ਵੇਖੋ ਜੀ ਰਿਕਾਰਡਿੰਗ, ਇੱਥੇ ਬੰਦਾ ਇਹਨਾਂ ਨੂੰ ਮਿਲਿਆ, ਆਹ ਆਏ ਨੇ, ਆਹ ਬੰਦੇ ਨੇ ਭੇਜਿਆ, ਠੀਕ ਆ। ਉਦੋਂ ਬਾਅਦ ਜੇ ਸਾਨੂੰ ਇਹਦੇ ਨਾਲ ਬੈਠਾ, ਉਹਦੇ ਕੋਲ ਨੋਵਾ ਗੱਡੀ ਸੀ ਉੱਥੇ ਆਇਆ, ਉਹਦੇ ਚ 2 ਬੰਦੇ ਸੀ 3 ਬੰਦੇ ਸੀ, ਇੱਥੇ ਕਿਹਨੂੰ ਮਿਲਿਆ, ਉਹਦੇ ਤੇ ਜੇ ਨਹੀਂ ਕਾਰਵਾਈ ਹੁੰਦੀ ਉਦੋਂ ਤੁਹਾਨੂੰ ਦੱਸਾਂਗੇ ਆਪਣੇ ਸਟੈਪ ਕਿਹੜੇ ਕਿਹੜੇ। ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਪੂਰੀ ਕਾਰਵਾਈ ਕਰਾਂਗੇ? ਕਿੰਨਾ ਨੇ ਪੁਲਿਸ ਵਾਲਿਆਂ ਨੇ? ਬੰਦਾ ਹੀ ਸਾਡੇ ਕੋਲ, ਬੰਦਾ ਹੀ ਆਪਣੇ ਬੰਦਾ ਹੁਣ ਪੁਲਿਸ ਸਾਨੂੰ ਕਹਿੰਦੀ ਵਿਸ਼ਵਾਸ ਕਮਰਾ ਉਹਨਾਂ ਦਾ ਜੀ, ਸਿਰਫ ਪਹਿਲਾਂ ਸੁਣੋ ਕਿ ਜਦੋਂ ਆਪਾਂ ਕੇਸ ਤੇ ਧਾਰਾ ਲਵਾਤੀਆਂ, ਮੰਨ ਲਓ 307-302 ਲਾਤੀ, ਉਹਦੇ ਤੇ ਸਾਡੇ ਮਹਾਰਾਜ ਦਾ ਕਤਲ ਕਰਨਾ ਇੱਕ ਸਾਹਿਬ, ਜੇ ਉਹ ਸਿੱਧ ਨਹੀਂ ਹੁੰਦਾ ਗਾਂਹ ਜਾ ਕੇ ਉਹ ਟੁੱਟ ਕੇ ਧਾਰਾ ਛੋਟੀ ਲੱਗਦੀ ਆ, ਕੇਸ ਕਮਜ਼ੋਰ ਹੋ ਜਾ, ਉਹ ਪੈਂਡਿੰਗ ਰੱਖਿਆ ਹੋਇਆ ਕੰਮ, ਅੱਗ ਲਾਉਣ ਦੀ ਵੱਖਰੀ ਲਾਈ ਦੀ ਆ, ਇਰਾਦਾ ਕਤਲ ਦੀ ਵੱਖਰੀ ਆ, ਵੀ ਸਾਡੇ ਮਹਾਰਾਜ ਦਾ ਕਤਲ ਕਰਨ ਆਇਆ ਸੀ। 295 ਕੱਲੀ ਇਸ ਕਰਕੇ ਲਾਈ ਆ ਵੀ ਸਾਡੇ ਮਨ ਨੂੰ ਠੇਸ ਪਹੁੰਚੀ ਆ, ਬਾਕੀ ਸਾਰਾ ਕੁਛ ਹੈਂਡਲ ਰੱਖਿਆ ਹਜੇ ਸਾਡੇ ਕੋਲ, 4 ਦਿਨ ਕੇਸ ਚ ਵਾਧੇ ਵੀ ਹੁੰਦੇ, ਘਾਟੇ ਵੀ ਹੋ ਜਾਂਦੇ, ਬਿਲਕੁਲ ਹੁੰਦੇ, ਸਾਰਾ ਕੁਛ ਨੀ ਕਰਾਈਦਾ ਹੁੰਦਾ, ਇੱਕਦਮ ਟਾਈਮ ਚਾਹੀਦਾ, ਟਾਈਮ ਜਦੋਂ ਬੰਦਾ ਜੇਲ੍ਹ ਦੀ ਸਲਾਖਾ ਚ ਉੱਠ ਗਿਆ, ਕਿਉਂਕਿ ਵੇਖੋ ਪਹਿਲੀ ਗੱਲ ਤੇ ਇਹ ਵੀ ਹੁਣ ਤਾਂ ਮਰਨ ਮਰਾਉਣ ਵਾਲਾ ਕੰਮ ਭੁੱਲ ਜਾਓ, ਉਹ ਸਾਡੇ ਹੱਥ ਲੱਗ ਜਾਓ, ਤਖ਼ਤ ਸਾਹਿਬ ਖੜੇ ਆ, ਸੋਨੂੰ ਜਵਾਨ ਦਿੰਦੇ ਆ ਸ਼ਸਤਰ ਹੱਥ ਚ, ਆਹ ਵੇਖੋ ਕਿੰਨੇ 4-5 ਵਾਲ ਦਿੱਤੇ ਹਨ, ਤੇ ਮੈਂ ਗੱਡੀ ਦੇ ਵਿੱਚ ਇਹਨੂੰ 1 ਵਾਲ ਕਰ ਲਿਆ ਸੀ, ਐ ਵੀ ਬੰਦਾ ਸਾਡੇ ਹੱਥ ਚ ਆਊਗਾ
ਤੇ ਆਪਾਂ ਤਾਂ ਜੀ ਉਹਦਾ ਸਿਰ ਲਾਉਣ ਗਏ ਸੀ ਝੂਠ ਕੋਈ ਨੀ ਇੱਥੇ ਆ ਪਰ ਸਾਡੇ ਸ਼ਾਸਤਰ ਪਹਿਲੋਂ ਫੜੇ ਗਏ ਸਿੱਧੀ ਗੱਲ ਆ ਮਰਨ ਮਰਾਉਣ ਵਾਲਾ ਕੰਮ ਕੋਈ ਨੀ ਜੜ ਲੱਭਣੀ ਆ ਉਹ ਸਾਡੇ ਤੇ ਛੱਡ ਦੋ ਬਾਈ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਹੱਲ ਕਰ ਦਿਆਂਗੇ ਜਵਾਬ ਦੇ ਦਿਆਂਗੇ ਵੀ ਆਹ ਚੀਜ਼ ਇੱਥੋਂ ਤੁਰੀ ਸੀ ਇੱਥੇ ਖਤਮ ਹੋ ਗਈ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਠੀਕ ਆ ਜੀ ਹੋਰ ਕੋਈ ਸਵਾਲ ਉਹਦੇ ਫੈਮਿਲੀ ਬਾਰੇ ਕੋਈ ਸਵਾਲ ਕੀ ਪੁੱਛਣਾ ਚਾਚੇ ਤਾਏ ਮਾਮੇ ਭੂਆ ਫੁੱਫੜ ਸਭ ਸਾਨੂੰ ਪਤਾ ਕਿੱਥੇ ਰਹਿੰਦੇ ਆ ਬਾਈ ਪੁੱਛਾਂਗੇ ਤੁਹਾਨੂੰ ਹੀ ਪੁੱਛਾਂਗੇ ਭਜਵੇ ਦੇ ਨਾਲ ਮੈਂਟਰੀ ਅਪਸੈਟ ਦਾ ਬੰਦਾ ਹੈ ਹੀ ਨਹੀਂ ਮੈਂ ਤੁਹਾਨੂੰ ਤਾਂ ਦੱਸਦਾ ਮੇਰੀ ਗੈਰ ਹਾਜ਼ਰੀ ਚ ਕਿਤੇ ਕਹਿਣਾ ਦੇਣ ਮੈਂਟਰੀ ਅਪਸੈਟ ਨੀ ਬੰਦਾ ਘਰ ਵਾਲੀ ਦੀ ਪੀ ਐਚ ਡੀ ਕੀਤੀ ਹੋਈ ਹੈ ਚੰਗਾ ਭਲਾ ਜਦੋਂ ਫੜ ਕੇ ਖੜਿਆ ਮੈਨੂੰ